ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਔਰ ਇੱਕ ਖਬਰ ਜਿਹੜੀ ਉਹ ਸਾਹਮਣੇ ਆਵਾ ਕਰਦੀ ਕਿ ਕਠੂਏ ਵਿੱਚ ਜਿਹੜੀਆਂ ਨੇ ਉਹ ਚੋਰੀਆਂ ਨਹੀਂ ਬੜਵਾਦੀਆਂ, ਦਿਨ ਬ ਦਿਨ ਜਿਹੜੀਆਂ ਨੇ ਉਹ ਚੋਰੀਆਂ ਵੱਧਦੀਆਂ ਜਾ ਕਰਦੀਆਂ। ਚੋਰੀਆਂ ਪਹਿਲੇ ਲੋਕਾਂ ਦੇ ਘਰੇ ਹੁੰਦੀਆਂ ਹਾਂ, ਹੁਣ ਵੀ ਹੋਆ ਕਰਦੀਆਂ, ਲੇਕਿਨ ਇਹਦੇ ਕਰਨੇ ਇੱਕ ਹੋਰ ਚੋਰੀ ਜੁੜੀ ਹੈ। ਹੁਣ ਚੋਰ ਜਿਹੜੇ ਨੇ ਉਹ ਟਰੈਕਟਰ ਟਰਾਲੀ ਲਈ ਜਿਹੜੇ ਨੇ ਉਹ ਨੱਠਾ ਦੇ ਕਰਨੇ। ਪਹਿਲਾਂ ਵੀ ਕਈ ਸਾਰੇ ਮਾਮਲੇ ਆਏ ਜਿਹਦੇ ਟਰੈਕਟਰ ਟਰਾਲੀ ਜਿਹੜੀ ਆ ਉਹ ਨਿਕਲੀ ਹੈ, ਲੇਕਿਨ ਅੱਜ ਤੱਕ ਫੜੋਈ ਨਹੀਂ ਹੈ। ਇਹੀਆਂ ਕਿਆ ਮਸਲਾ ਇੱਕ ਮਣੀਨ 'ਚ ਹਾਂ, ਲੇਕਿਨ ਬੀਤੀ ਰਾਤੀ ਇੱਕ ਮਸਲਾ ਜਿਹੜਾ ਉਹ ਆਇਆ ਹੈ। ਪੱਲੀ ਮੋੜ ਦੇ ਲੱਗਿਆ, ਨਹਿਰ ਲੱਗਿਆ, ਜਿਹੜੇ ਹਾਰਡਵੇਅਰ ਵਾਲਾ ਇੱਕ ਟਰੈਕਟਰ ਜਿਹੜਾ ਉੱਥੇ ਲੱਗਿਆ ਹੋਇਆ, ਇੱਕ ਟਰੈਕਟਰ 'ਤੇ ਪਾਣੀ ਵਾਲੀ ਟੈਂਕੀ ਲੱਗੀ ਸੀ, ਉਹ ਬੀਤੀ ਰਾਤੀ ਜਿਹੜੀ ਹੈ ਉਹ ਚੋਰਾਂ ਜਿਹੜਾ ਆ ਉਹ ਲਈਏ ਰਫੂ ਚੱਕਰ ਹੋਈ ਹੈ। ਹਾਲੇ ਤੱਕ ਚੋਰ ਜਿਹੜੇ ਨੇ ਉਹ ਨਹੀਂ ਫੜੋਏ ਹਨ। ਟਰੈਕਟਰ ਦਾ ਨੰਬਰ ਮੈਂ ਤੁਹਾਨੂੰ ਸੁਣਾਉਣਾ, PB 35X 7116 ਹੈ। ਇਹ ਟਰੈਕਟਰ ਜਿਹੜਾ ਹੈ ਓਮਕਾਰ ਨਾਥ ਹੁੰਦਾ ਆ। ਅਤੇ ਗੱਲ ਕਰਦੇ ਆ ਇਹ ਰਾਤੀ ਦਾ ਟਰੈਕਟਰ ਟਰਾਲੀ ਜਿਹੜਾ ਹੈ, ਟਰੈਕਟਰ ਉਹਦਾ ਜਿਹੜੀ ਪਾਣੀ ਵਾਲੀ ਟੈਂਕੀ ਹੈ ਚੋਰੀ ਹੋਈ ਦੀ ਹੈ। ਔਰ ਇਹਦੀ ਜਿਹੜੀ ਵੀਡੀਓ ਆ ਮੈਂ ਤੁਹਾਨੂੰ ਦੱਸਗਾ, ਵੀਡੀਓ ਜਿਹੜੀ ਉਹ ਆ ਚੁੱਕੀ ਦੀ, ਇਹ ਦੇਖੋ ਤੁਸੀਂ ਇਹ ਵੀਡੀਓ ਹੈ ਇਹਦੀ। ਪਰਲੀ ਸਾਈਡ ਇਹਦੇ ਰੋਡ ਪਰ ਹੁਣ ਤੁਸੀਂ ਦੇਖੋ ਸਕਦੇ ਹੋ ਇੱਥੋਂ ਕਿ ਹੁਣ ਜਿਹੜੀ ਹੈ ਇੱਥੋਂ ਟਰੈਕਟਰ ਟਰਾਲੀ ਨਿਕਲਣੀ ਹੈ। ਹੁਣ ਇੱਥੋਂ ਆ ਗਿਆ ਇਹ ਸਾਹਮਣੇ ਜਿਹੜੀ ਤਸਵੀਰਾਂ ਤੁਸੀਂ ਦਿਖਾ ਕਰਦੇ ਹੋ, ਜਿਹੜੀ ਪੱਲੀ ਮੋੜ ਦੇ ਲਾਗੂ ਜਿਹੜੀ ਹੈ ਟਰੈਕਟਰ ਟਰਾਲੀ ਜਿਹੜੀ ਹੈ, ਟਰੈਕਟਰ ਔਰ ਪਾਣੀ ਵਾਲੀ ਟੈਂਕੀ ਜਿਹੜੀ ਹੈ ਉਹ ਚੋਰੀ ਹੋਈ ਦੀ ਹੈ। ਇਹ ਚੋਰ ਜਿਹੜੇ ਨੇ ਹੁਣ ਇੱਥੋਂ ਲਈਏ ਨਿਕਲਣੇ ਨੇ। ਪੱਲੀ ਮੋੜ ਦੀ ਘਟਨਾ ਹੈ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ। ਇਹ ਸਾਹਮਣੇ ਸਕੂਟੀ 'ਤੇ ਗੱਡੀ ਲੱਗੀ ਦੀ ਹੈ। ਹੁਣ ਬਸ ਕੁਛ ਹੀ ਮਿੰਟਾਂ ਬਾਅਦ ਜਿਹੜੀ ਹੈ ਇੱਥੋਂ ਜਿਹੜੀ ਹੈ ਉਹ ਟਰੈਕਟਰ ਅਤੇ ਜਿਹੜੀ ਹੈ ਪਾਣੀ ਵਾਲੀ ਟੈਂਕੀ ਜਿਹੜੀ ਉਹ ਨਿਕਲਣੀ ਹੈ। ਇਹ ਦੇਖੋ ਇਹ ਬਸ ਆਉਣ ਵਾਲੀ ਹੈ ਔਰ ਇੱਥੋਂ ਜਿਹੜੀ ਹੈ ਕੈਮਰੇ 'ਚ ਆਈ ਦੀ ਹੈ। ਅੰਧੇਰਾ, ਰਾਤੀ ਲਗਭਗ 2 ਵਜੇ ਦੀ ਗੱਲ ਹੈ ਇਹ। ਇਹ ਦੇਖੋ ਇਹ ਲਈ ਜਿਹੜੀ ਹੈ ਨਿਕਲੀ ਇੱਥੋਂ ਔਰ ਹਾਲੇ ਤੱਕ ਜਿਹੜੀ ਹੈ ਇਹ ਟਰੈਕਟਰ ਦੇ ਪਾਣੀ ਵਾਲੀ ਟੈਂਕੀ ਜਿਹੜੀ ਹੈ ਉਹ ਨਹੀਂ ਫੜੋਈ ਹੈ। ਪੁਲਿਸ ਕੀ ਕਰਾ ਰਹੀ ਹੈ, ਚੋਰੀਆਂ ਪਰ ਕੋਈ ਅੰਕੁਸ਼ ਜਿਹੜਾ ਹੈ ਉਹ ਨਹੀਂ ਲੱਗਾ ਕਰਦਾ। ਔਰ ਇੱਕ ਵਾਰੀ ਪਰਤੀ ਇਹ ਟਰੈਕਟਰ ਦੀ ਟੈਂਕੀ ਚੋਰੀ ਹੋਈ ਹੈ, ਪਹਿਲਾਂ ਮੜੀਨ ਖੇਤਰ 'ਚ ਵੀ ਚੋਰੀ ਹੋਈ, ਉਹ ਵੀ ਨਹੀਂ ਹਾਲੇ ਤੱਕ ਫੜੋਈ ਹੈ। ਅਤੇ ਇਹ ਵੀ ਜਿਹੜੀ ਹੈ ਇਹ ਟਰੈਕਟਰ ਦੀ ਟੈਂਕੀ ਜਿਹੜੀ ਹੈ ਪੱਲੀ ਮੋੜ ਦੇ ਲਾਗੋਂ ਜਿਹੜੀ ਉੱਥੇ ਹਾਰਡਵੇਅਰ ਦੀ ਦੁਕਾਨ ਹੈ ਉਹਦੇ ਲਾਗੇ ਇਹ ਜਿਹੜੀ ਹੈ ਉੱਥੋਂ ਜਿਹੜੀ ਆਉਂਦੀ ਟਰੈਕਟਰ ਅਤੇ ਪਾਣੀ ਵਾਲੀ ਟੈਂਕੀ ਜਿਹੜੀ ਹੈ ਉਹ ਚੋਰੀ ਹੋਈ ਹੈ। ਹੁਣ ਦੇਖਣਾ ਇਹ ਗੱਲ ਹੋਊ ਕਿ ਇਹ ਪੁਲਿਸ ਜਿਹੜੀ ਹੈ ਕਦੋਂ ਇਸ ਚੋਰੀ ਕੀ ਜਿਹੜੀ ਹੈ ਉਹ ਬਰਾਮਦ ਕਰਦੀ ਹੈ, ਕਿਉਂਕਿ ਕਈ ਸਾਰੀ ਚੋਰੀਆਂ ਹੋਈਆਂ ਲੇਕਿਨ ਉਸ ਬਰਾਮਦ ਕਰਨ 'ਚ ਨਾਕਾਮਯਾਬੀ ਕਈ ਵਾਰੀ ਪੁਲਿਸ ਹੋਈ ਹੈ। ਪੁਲਿਸ ਆਖਦੀ ਹੈ ਕਿ ਤੁਸੀਂ ਕੈਮਰੇ ਆਪਣੇ ਘਰ ਲਾਓ, ਕੈਮਰੇ ਲੱਗ ਗਿਆ ਤਾਂ ਚੋਰੀ ਨਹੀਂ ਹੋ ਸਕਦੀ, ਲੇਕਿਨ ਜਦੋਂ ਦੇ ਕੈਮਰੇ ਲਾਏ ਨੇ ਤਾਂ ਵੀ ਚੋਰ ਜਿਹੜੇ ਨੇ ਉਹ ਨਹੀਂ ਫੜਵਾਦੇ ਹਨ ਹਾਲੇ ਤੱਕ। ਲੇਕਿਨ ਅਗਰ ਗੱਲ ਕਰਦਾ ਜਿਹੜੀ ਪੱਲੀ ਮੋੜ ਵਾਲੀ ਰਾਤੀ ਬੀਤੀ ਰਾਤੀ 2 ਵਜੇ ਚੋਰੀ ਹੋਈ, ਇਹਦੇ ਪਰ ਜਿਹੜਾ ਇਹਦਾ ਟਰੈਕਟਰ ਦਾ ਮਾਲਕ ਹੈ ਉਹਨੇ ਆਖਿਆ ਕਿ ਜਿਸੀ ਵੀ ਇਹ ਟਰੈਕਟਰ ਟਰਾਲੀ ਹੈ ਜਿਹੜਾ ਨੰਬਰ ਦਿੱਤਾ ਹੈ ਇਹ ਲੁਭਗ, ਤਾਂ ਤੁਸੀਂ ਕੋਈ ਅੱਛਾ ਇਨਾਮ ਵੀ ਜਿਹੜਾ ਆ ਉਹ ਦੇਗੇ। ਲੇਕਿਨ ਫਿਲਹਾਲ ਗੱਲ ਇਹ ਹੈ ਕਿ ਇਹ ਚੋਰੀ ਜਿਹੜੀ ਹੈ ਉਹ ਕਦੋਂ ਹੋਊ। ਕਠੂਆ ਸਟਾਰ 'ਚ ਮਨੀਸ਼ ਖੁਰੀ ਦੇ ਕੀ ਦਿਓ ਇਜਾਜ਼ਤ ਤੁਹਾਡਾ।